सेंट गुलाब पब्लिक स्कूल जो कि कोहाड़ा जिला लुधियाना विखे स्थित है। यह स्कूल अपने इलाके विच बहुत ही वधिया तरीके नाल अपनी सेवावां निभा रहा है। इत्थों दा स्टाफ हमेशा ही बच्चों को सिक्ख्या देने लई तैयार रहिंदा है। स्कूल विखे अज दे टाइम दी हर तरीके की मॉडर्न फैसिलिटी उपलब्ध है। बीते दिन ही साडी टीम ने स्कूल का दौरा किया। पेश है पंजाब पुलिस की टीम वालों एक रिपोर्ट। शुभ नामे जाके सब शुभ आशीष मांगे गारे सब जय गारे।
ਸਰ ਸੈਂਟ ਗੁਲਾਬ ਸਕੂਲ ਜਿਹੜਾ ਕਿ ਅਸੀਂ ਦੇਖ ਰਹੇ ਹਾਂ ਇੱਕ ਵਿੱਦਿਆ ਦਾ ਦਾਨੀ ਸਕੂਲ ਜਿਸ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਜਿੱਦਾਂ ਗੁਰੂਕੁਲ ਹੁੰਦੇ ਸੀ ਉਸ ਤਰ੍ਹਾਂ ਦੀ ਸੇਵਾ ਅਸੀਂ ਦੇਖ ਰਹੇ ਹਾਂ ਕਿ ਉਸ ਤਰੀਕੇ ਦੇ ਨਾਲ ਹੀ ਪੜ੍ਹਾਈ ਹੋ ਰਹੀ ਹੈ ਔਰ ਟੀਚਰਸ ਅਸੀਂ ਦੇਖ ਰਹੇ ਹਾਂ ਬੜੇ ਯੰਗ ਬਲੱਡਸ ਔਰ ਬੜਾ ਮਾਇੰਡ ਸੈਟਅਪ ਆ ਜਿਹੜਾ ਇਹਨਾਂ ਦਾ ਬੜਾ ਕਲੀਅਰ ਹੈ ਔਰ ਇਹਨਾਂ ਦਾ ਵੀ ਇੱਕ ਉਦੇਸ਼ ਲੈ ਕੇ ਆਇਆ ਕਿ ਅਸੀਂ ਵਿੱਦਿਆ ਨੂੰ ਦਾਨ ਦੇ ਰੂਪ 'ਚ ਦੇਣਾ ਸੇਵਾ ਦੇ ਰੂਪ 'ਚ ਕਰਨਾ ਦੇਖ ਰਹੇ ਹਾਂ ਅਸੀਂ ਬੱਚਿਆਂ ਦੇ ਮੂੰਹਾਂ 'ਤੇ ਬੜੀ ਖੁਸ਼ੀ ਹੈ ਅੱਜ ਦੇ ਬੱਚੇ ਜਿਹੜੇ ਹੈਗੇ ਆ ਉਹ ਬੜੇ ਇਰੀਟੇਟ ਹੋ ਕੇ ਨਹੀਂ ਤਾਂ ਸਕੂਲਾਂ ਜਾਂਦੇ ਪਰ ਇਹ ਸਕੂਲ 'ਚ ਅਸੀਂ ਦੇਖ ਰਹੇ ਹਾਂ ਬੱਚਿਆਂ ਦਾ ਐਟਮੋਸਫੀਅਰ ਬੜਾ ਵਧੀਆ ਹੈ ਤੁਸੀਂ ਇਸ ਸਕੂਲ ਨੂੰ ਕ੍ਰੀਏਟਰ ਸਕੂਲ ਦੇ ਔਰ ਆਪਣੇ ਮਨ ਦੇ ਵਿੱਚ ਉਹ ਤਮੰਨਾਵਾਂ ਉਹ ਅਫੈਕਸ਼ਨਸ ਲੈ ਕੇ ਤੁਸੀਂ ਜਿਹੜਾ ਹੈਗਾ ਕਿ ਮੈਂ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਵਿੱਦਿਆ ਦਾ ਦਾਨ ਵੱਡੇ ਸਕੂਲਾਂ ਦੇ ਬਰਾਬਰ ਪੜ੍ਹਾਈ ਦੇਣੀ ਹੈਗੀ ਆ ਕੀ ਕਹਿਣਾ ਚਾਹੋ ਮੈਂ ਜੋ ਸਾਡੇ ਕੋਲ ਬੱਚੇ ਨਰਸਰੀ ਤੋਂ ਸਟਾਰਟ ਹੋ ਕੇ ਪਲੱਸ ਟੂ ਤੱਕ ਜਾਂਦੇ ਆ ਜਦੋਂ ਪਲੱਸ ਟੂ ਤੱਕ ਜਾਂਦੇ ਆ ਮੇਰੀ ਇੱਕ ਇੱਛਾ ਹੁੰਦੀ ਹੈ ਉਹ ਆਪਣੇ ਜਿਹੜੇ ਅੱਗੇ ਸਟੱਡੀ ਕਰਨੀ ਹੈ ਨਾ ਉਹਨਾਂ ਨੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਆਪ ਸਟੱਡੀ ਕਰਕੇ ਫਿਰ ਸਰਵਿਸ ਕਰਕੇ ਫਿਰ ਦੇਸ਼ ਦੀ ਸੇਵਾ ਉਹਨਾਂ ਦੇ ਮਨ ਦੇ ਭਾਵਨਾ 'ਚ ਇਹ ਜ਼ਰੂਰ ਚਾਹੀਦਾ ਕਿ ਮੈਂ ਦੇਸ਼ ਦੀ ਸੇਵਾ ਵੀ ਕਰਾਂ ਪਰਿਵਾਰ ਦੀ ਸੇਵਾ ਵੀ ਕਰਾਂ ਸਮਾਜ ਦੀ ਸੇਵਾ ਵੀ ਕਰਾਂ ਇਹ ਗੁਣ ਮੈਂ ਹਰ ਬੱਚੇ ਦੇ ਵਿੱਚ ਪੈਦਾ ਕਰਦਾ ਕੋਸ਼ਿਸ਼ ਕਰਦਾ ਇਹਨਾਂ ਦੇ ਅੰਦਰ ਪੈਦਾ ਹੋਵੇ ਮੇਰੀ ਇਹੀ ਕੋਸ਼ਿਸ਼ ਲਾਸਟ ਤੱਕ ਰਹਿੰਦੀ ਹੈ ਮੇਰੇ ਸਕੂਲ ਤੋਂ ਬੱਚਾ ਜਿਹੜਾ ਵੀ ਜਾਏ ਉਹ ਇੱਕ ਅੱਛੀ ਪੋਸਟ 'ਤੇ ਜਾਏ ਮੇਰੇ ਸਕੂਲ ਦੇ ਬੱਚੇ 'ਚ ਇਸ ਟਾਈਮ 4 ਇੰਜੀਨੀਅਰਸ ਹੈਗੇ ਆ 2 ਡਾਕਟਰ ਹੈਗੇ ਆ ਐਡਮਿਨਿਸਟ੍ਰੇਟਰ ਅਫਸਰ ਵੀ ਸਿਲੈਕਟ ਹੋਏ ਆ ਟੀਚਿੰਗ ਸਟਾਫ 'ਚ ਮੇਰੇ ਸਟੂਡੈਂਟਸ ਜਿਹੜੇ ਆ ਉਹ ਗਏ ਆ ਅੱਗੇ ਦੇ ਹੋਪ ਚੜਨਾ ਮੈਂ ਕਰਦਾ ਕਿ ਮੇਰੇ ਸਕੂਲ ਦੇ ਬੱਚੇ ਜਿਹੜੇ ਆ ਨਾ ਕੰਟਰੀ ਲੈਵਲ ਤੱਕ ਇਹਨਾਂ ਦਾ ਨਾਂ ਉੱਚਾ ਹੋਵੇ ਇਹਨਾਂ ਦੇ ਪੇਰੈਂਟਸ ਦਾ ਨਾਂ ਉੱਚਾ ਹੋਵੇ ਸਾਡੇ ਇਸ ਏਰੀਏ ਦਾ ਨਾਂ ਉੱਚਾ ਹੋਵੇ ਸਾਡੇ ਕੁਹਾੜੇ ਪਿੰਡ ਦਾ ਨਾਂ ਉੱਚਾ ਹੋਵੇ ਸਰ ਅਸੀਂ ਦੇਖਿਆ ਵੀ ਜਿਹੜੀ ਵੀ ਫੈਸਿਲਿਟੀ ਵੱਡੇ ਵੱਡੇ ਸਕੂਲਾਂ ਦੇ ਵਿੱਚ ਜਿਹੜੇ ਕਿ ਮਹਿੰਗੇ ਐਡੇ ਐਡੇ ਫੀਸਾਂ ਜਿਨ੍ਹਾਂ ਦੀਆਂ ਉਹ ਆਉਂਦੀ ਆ ਉਹ ਤੁਸੀਂ ਇਸ ਸਕੂਲ ਦੇ ਵਿੱਚ ਪਹਿਲਾਂ ਹੀ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਚਾਹੇ ਕੰਪਿਊਟਰਾਂ ਦਾ ਗੱਲ ਆ ਚਾਹੇ ਸਮਾਰਟ ਕਲਾਸਰੂਮ ਆ ਤੁਹਾਡਾ ਮਾਇੰਡ ਸੈਟਅਪ ਹੀ ਇਹੋ ਜਿਹਾ ਕਿ ਅਸੀਂ ਇਹਨਾਂ ਬੱਚਿਆਂ ਨੂੰ ਇਹ ਬੱਚੇ ਕਿਸੇ ਤਰ੍ਹਾਂ ਆਪਦੇ 'ਚ ਹੀਨਤਾ ਭਾਵਨਾ ਨਾ ਲਾਉਣ ਇਹ ਇਹਨਾਂ ਸੋਚਣ ਵੀ ਸਾਡੇ ਕੋਲ ਇਹ ਚੀਜ਼ਾਂ ਹੈ ਨਹੀਂ ਚਾਹੇ ਉਹ ਇੰਗਲਿਸ਼ ਸਪੀਕਿੰਗ ਦੀ ਗੱਲ ਹੋਵੇ ਤਾਂ ਵੀ ਤੁਹਾਡੇ ਜਿਹੜੇ ਬੱਚੇ ਹੈਗੇ ਇੰਗਲਿਸ਼ ਸਪੀਕਿੰਗ ਦੇ ਵਿੱਚ ਵੀ ਜਿਹੜੇ ਹੈਗੇ ਪੂਰੇ ਮਾਹਰ ਨੇ ਉਹਦੇ ਬਾਰੇ ਕੀ ਕਹਿਣਾ ਚਾਹੋ ਸਾਡਾ ਬੱਚਿਆਂ ਨੂੰ ਜੋ ਅਸੀਂ ਬੱਚਿਆਂ ਤੋਂ ਫੀਸ ਲੈਂਦੇ ਹਾਂ ਨਾ ਉਹ ਅਸੀਂ ਬੱਚਿਆਂ ਦੇ ਉੱਪਰ ਖਰਚ ਕਰਦੇ ਹਾਂ ਸਾਡਾ ਨੋ ਪ੍ਰੋਫਿਟ ਨੋ ਲੋਸ ਬੇਸ 'ਤੇ ਅਸੀਂ ਚੱਲਦੇ ਹਾਂ ਕਿਉਂਕਿ ਮੈਂ ਇੱਕ ਗੌਰਮੈਂਟ ਸਰਵਿਸ ਤੋਂ ਰਿਟਾਇਰ ਹਾਂ ਮੇਰੀ ਪੈਨਸ਼ਨ ਹੈ ਮੇਰਾ ਘਰ ਦਾ ਖਰਚ ਚੱਲਦਾ ਮੇਰਾ ਜਿਹੜਾ ਬੇਟਾ ਹੈ ਉਹ ਵੀ ਅਫੀਸਰ ਹੈ ਉਹਦੀ ਫੈਮਿਲੀ ਦਾ ਖਰਚ ਉਹ ਘਰ ਤੋਂ ਚੱਲਦਾ ਅਸੀਂ ਸਕੂਲ ਦੇ ਉੱਪਰ ਕੋਈ ਵੀ ਬਰਡਨ ਨਹੀਂ ਪਾਉਂਦੇ ਜੋ ਵੀ ਸਾਡੀ ਸਕੂਲ ਦੀ ਆਮਦਨ ਹੈ ਉਹ ਬੱਚਿਆਂ ਦੀ ਡਿਵੈਲਪਮੈਂਟ ਦੇ ਉੱਪਰ ਲੈਂਦੇ ਹਾਂ ਇਹਨਾਂ ਦੀ ਐਜੂਕੇਸ਼ਨ ਦੇ ਉੱਪਰ ਇਹਨਾਂ ਨੂੰ ਫੈਸਿਲਿਟੀਜ਼ ਦੇਣ ਦੇ ਉੱਪਰ ਅਸੀਂ ਉਹ ਪ੍ਰੋਗਰਾਮ ਜਿਹੜਾ ਵੀ ਕਰਦੇ ਹਾਂ ਇਹਨਾਂ ਦੇ ਪੈਸਿਆਂ ਦਾ ਇਹਨਾਂ ਦੇ ਉੱਪਰ ਹੀ ਯੂਜ਼ ਕਰਦੇ ਹਾਂ ਅੱਜ ਅਸੀਂ ਦੇਖਿਆ ਕਿ ਇੱਕ ਬੱਚੇ ਦਾ ਬਰਥਡੇ ਸੀਗਾ ਉਹਨੂੰ ਬੜੀ ਵਧੀਆ ਤਰੀਕੇ ਨਾਲ ਸਨਮਾਨਿਤ ਕੀਤਾ ਗਿਆ ਔਰ ਸਾਰੇ ਸਕੂਲ ਨੂੰ ਪਤਾ ਲੱਗਿਆ ਕਿ ਇਹਦਾ ਬਰਥਡੇ ਆ ਔਰ ਉਹਦੇ 'ਚ ਵੀ ਤੁਹਾਡਾ ਮਾਇੰਡ ਸੈਟਅਪ ਆ ਜਿਹੜਾ ਐਸਾ ਨਹੀਂ ਹੈ ਕਿ ਉਹਨਾਂ ਦੇ ਦੰਦ ਖਰਾਬ ਹੋ ਜਾਣ ਉਹਨਾਂ ਨੂੰ ਪੇਟ ਖਰਾਬ ਹੋ ਜਾਣ ਐਸੀਆਂ ਚੀਜ਼ਾਂ ਉਹਨਾਂ ਨੂੰ ਖਿਲਾਈਆਂ ਜਾਣ ਬਲਕਿ ਤੁਸੀਂ ਇੱਕ ਫੁੱਲ ਜਿਹੜਾ ਕਿ ਇੱਕ ਖੁਸ਼ਬੂਦਾਰ ਚੀਜ਼ ਹੈਗੀ ਆ ਇੱਕ ਫੁੱਲ ਦਾ ਜਿਹੜਾ ਹੈਗਾ ਉਹਨੂੰ ਗੁਲਦਸਤਾ ਦਿੱਤਾ ਨਾਲ ਉਹਨੂੰ ਪੈੱਨ ਦਿੱਤਾ ਵੀ ਤੂੰ ਇਹਦੇ ਨਾਲ ਆਪਣੀ ਸਟੱਡੀ ਕਰੇਗਾ ਤਾਂ ਇਹ ਤਾਕਤ ਵਾਲਾ ਪੈੱਨ ਹੋਏਗਾ ਉਹਦੇ ਬਾਰੇ ਕੀ ਕਹਿਣਾ ਚਾਹੋ ਸਾਡੇ ਬਰਥਡੇ ਦੇ ਵਿੱਚ ਸਾਡੇ ਇੱਕ ਅਸੂਲ ਰੱਖਿਆ ਜੀ ਅਸੀਂ ਬੱਚੇ ਦਾ ਹੋਵੇ ਜਾਂ ਸਾਡੇ ਸਟਾਫ ਦਾ ਹੋਵੇ ਅਸੀਂ ਉਹਦਾ ਜਿਹੜਾ ਸਨਮਾਨ ਕਰਦੇ ਹਾਂ ਇੱਕ ਫੁੱਲ ਦੇ ਨਾਲ ਹੀ ਕਰਦੇ ਹਾਂ ਉਹਨੂੰ ਫੁੱਲ ਅਸੀਂ ਜ਼ਰੂਰ ਭੇਟ ਕਰਦੇ ਹਾਂ ਤਾਂ ਕਿ ਜਿਸ ਤਰ੍ਹਾਂ ਫੁੱਲ ਖਿੜਿਆ ਨਾ ਇਸ ਤਰ੍ਹਾਂ ਉਹਦਾ ਜੀਵਨ ਵੀ ਖਿੜਿਆ ਰਹੇ ਇਸ ਕਰਕੇ ਅਸੀਂ ਉਹਨੂੰ ਫੁੱਲ ਦਾ ਜਿਹੜਾ ਹੈ ਨਾ ਉਹ ਪ੍ਰੈਜੈਂਟ ਕਰਦੇ ਹਾਂ ਇਹ ਫੁੱਲ ਦੀ ਤਰ੍ਹਾਂ ਉਹ ਸਾਰੀ ਜ਼ਿੰਦਗੀ 'ਚ ਖਿੜਿਆ ਰਹੇ ਆਉਣ ਵਾਲੇ ਸਮੇਂ 'ਚ ਕੀ ਤੁਹਾਡੇ ਮਾਇੰਡ 'ਚ ਆ ਕਿਉਂਕਿ ਤੁਸੀਂ ਇੱਕ ਬੜੇ ਕ੍ਰੀਏਟਿਵ ਇਨਸਾਨ ਹੋ ਔਰ ਹਰ ਦਿਨ ਜਿਹੜਾ ਹੈਗਾ ਤੁਹਾਡਾ ਉਹ ਕ੍ਰੀਏਟਿਵਨੈਸ ਦੇ ਨਾਲ ਨਿਕਲਦਾ ਤੁਸੀਂ ਹਰ ਚੀਜ਼ ਦੇ ਵਿੱਚ ਕ੍ਰੀਏਟਿਵ ਅਸੀਂ ਦੇਖਦੇ ਰਹੇ ਹਾਂ ਕਿ ਛੋਟਾ ਸਾ ਸਕੂਲ ਹੈ ਲੇਕਿਨ ਇਹਦੇ ਵਿੱਚ ਹਰਿਆਵਲ ਇਹਦੇ ਵਿੱਚ ਜਾਮਨ ਦੇ ਬੂਟੇ ਇਹਦੇ 'ਚ ਅੰਬ ਦੇ ਬੂਟੇ ਇਹਦੇ 'ਚ ਨਿੰਬੂ ਦੇ ਬੂਟੇ ਇਹਦੇ 'ਚ ਹਰਿਆਵਲ ਇੰਨੀ ਜ਼ਿਆਦਾ ਔਰ ਇਹਦੇ 'ਚ ਬੜਾ ਖੁਸ਼ਬੂਦਾਰ ਇੰਨੇ ਕੁ ਐਟਮੋਸਫੀਅਰ ਨੂੰ ਤੁਸੀਂ ਇੱਦਾਂ ਬਣਾਇਆ ਕਿ ਇਹਦੇ 'ਚ ਤਾਂ ਆਕਸੀਜਨ ਕਮ ਸੇ ਕਮ ਜਿਹੜਾ ਲੈਵਲ ਸਹੀ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਸਭ ਬੱਚਿਆਂ ਨੇ ਆਪ ਤਿਆਰ ਕੀਤਾ ਹੈਗਾ ਇਹਨਾਂ ਦੀ ਮਿਹਨਤ ਹੈ ਬੱਚਿਆਂ ਦੀ ਬੱਚਿਆਂ ਦਾ ਇੰਟਰਸਟ ਹੈ ਉਹ ਕਹਿੰਦੇ ਵੀ ਅਸੀਂ ਜਿੱਥੇ ਬੈਠਣਾ ਉਹ ਜਗ੍ਹਾ ਸਾਫ਼ ਸੁਥਰੀ ਹਰਿਆਲੀ ਹੋਏ ਫਰੈਸ਼ ਏਅਰ ਆਏ ਇਹ ਸਾਰਾ ਜਿੰਨਾ ਵੀ ਪ੍ਰੋਗਰਾਮ ਕਰਦੇ ਆ ਇਹਨਾਂ ਦਾ ਜਿਹੜਾ ਐਗਰੀਕਲਚਰ ਪੀਰੀਅਡ ਹੈ ਉਹਦੇ 'ਚ ਇਹ ਸਾਰਾ ਡਿਵੈਲਪ ਕਰਦੇ ਆ ਖੁਦ ਬੱਚੇ ਕਰਦੇ ਆ ਕੀ ਤੁਹਾਡਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਕਿ ਅਗਰ ਤੁਸੀਂ ਵਿੱਦਿਆ ਦੇ ਕੇਂਦਰ ਚਲਾਉਂਦੇ ਹੋ ਤਾਂ ਤੁਹਾਡੇ ਮਨ 'ਚ ਕਮਰਸ਼ਲਾਈਜੇਸ਼ਨ ਨਹੀਂ ਚਾਹੀਦੀ ਅੱਜ ਸਕੂਲਾਂ ਵਾਲੇ ਜਿਹੜੇ ਹੈਗੇ ਬੜੇ ਦਾਸ ਆ ਪੇਰੈਂਟਾਂ ਦੀ ਕਹਿੰਦੇ ਜੀ ਮੀਟਿੰਗਾਂ ਹੋ ਰਹੀਆਂ ਪੇਰੈਂਟਸ ਇਕੱਠੇ ਹੋ ਰਹੇ ਆ ਔਰ ਇੱਕ ਪਾਸੇ ਤੁਸੀਂ ਪੇਰੈਂਟਸ ਆ ਜਿਹੜੇ ਇੰਨੀ ਖੁਸ਼ਬੂ ਦੇ ਨਾਲ ਅਸੀਂ ਦੇਖ ਰਹੇ ਇੱਕ ਬੰਦਾ ਹੁਣ ਹੋਰ ਫੀਸ ਛਡਾਉਣ ਆਇਆ ਹੋਇਆ ਗਰੀਬ ਬੱਚਿਆਂ ਦੇ ਨਾਲ ਔਰ ਜਿਹੜੇ ਲੋੜਵੰਦ ਵਿਦਿਆਰਥੀ ਆ ਉਹਨਾਂ ਨੂੰ ਇੱਥੇ ਐਜੂਕੇਸ਼ਨ ਫਰੀ ਦਾ ਹੋਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਅਸੀਂ ਪੇ ਸਾਡੀ ਆਉਂਦੀ ਹੈਗੀ ਆ ਗੌਰਮੈਂਟ ਦੇ ਕੋਲੋਂ ਔਰ ਅਸੀਂ
ਤੇ ਤੁਹਾਡੇ ਜਿਹੜੇ ਬੇਟੇ ਹੈਗੇ ਆ ਉਹਨਾਂ ਦੀ ਵੀ ਜਿਹੜੀ ਹੈਗੀ ਆ ਪੇ ਗੌਰਮੈਂਟ ਤੋਂ ਆਉਂਦੀ ਆ ਔਰ ਤੁਸੀਂ ਇਹ ਸਕੂਲ ਦੇ ਡਿਵੈਲਪਮੈਂਟ ਦੇ ਉੱਪਰ ਹੀ ਲਾਉਂਦੇ ਹੋ ਨਾ ਕਿ ਇਹਨੂੰ ਇਸ ਤਰੀਕੇ ਦੇ ਨਾਲ ਸੋਚ ਕੇ ਕੀ ਕਹਿਣਾ ਚਾਹੁੰਦੇ ਸਰ ਸਾਡਾ ਮਕਸਦ ਇਹੀ ਹੈ ਬੱਚਿਆਂ ਦਾ ਕੈਰੀਅਰ ਬਣਾਉਣਾ ਇੱਕ ਬੱਚਾ ਜਦੋਂ ਪੇਰੈਂਟਸ ਨੂੰ ਸਕੂਲ ਦਾਖਲ ਕਰਾਉਂਦੇ ਆ ਨਾ ਉਹਦੇ ਕੁਛ ਅਰਮਾਨ ਹੁੰਦੇ ਆ ਪੇਰੈਂਟਸ ਦੇ ਮੇਰਾ ਬੱਚਾ ਪੜ੍ਹ ਕੇ ਨਾ ਇੱਕ ਅੱਛੀ ਪੋਜੀਸ਼ਨ ਜਾਏ ਇੱਕ ਅੱਛਾ ਆਫੀਸਰ ਬਣੇ ਜਾਂ ਇੰਜੀਨੀਅਰ ਬਣੇ ਜਾਂ ਡਾਕਟਰ ਬਣੇ ਕਿਉਂਕਿ ਇਹ ਉਹਨਾਂ ਦੀ ਇੱਕ ਨਰਸਰੀ ਹੈ ਬੱਚਿਆਂ ਦੀ ਅਗਰ ਨਰਸਰੀ 'ਚ ਬੂਟਾ ਅੱਛਾ ਬਣੇਗਾ ਨਾ ਉਹ ਫਲ ਵੀ ਅੱਛਾ ਦੇਗਾ ਮਿੱਠਾ ਫਲ ਦੇਗਾ ਜਿਹਦੇ 'ਚ ਜੋ ਉਹਦਾ ਫਲ ਖਾਣਗੇ ਨਾ ਉਹਦੇ ਅੰਦਰ ਵੀ ਉਹ ਮਿਠਾਸ ਆਏਗੀ ਉਹ ਜਦੋਂ ਇਹ ਜਾ ਕੇ ਦੇਸ਼ ਦੀ ਸੇਵਾ ਕਰਨਗੇ ਨਾ ਅਤੇ ਉਸ ਸਾਡਾ ਇੱਕ ਨੈਚੁਰਲ ਕਰੈਕਟਰ ਹੈ ਬੱਚਿਆਂ 'ਚ ਉਹ ਉੱਪਰ ਉੱਠੇਗਾ ਇਹ ਪਤਾ ਲੱਗੇਗਾ ਵੀ ਫਲਾਣੇ ਸਕੂਲ ਤੋਂ ਅਸੀਂ ਪੜ੍ਹ ਕੇ ਆਏ ਹਾਂ ਫਲਾਣੇ ਟੀਚਰ 'ਚ ਸਾਨੂੰ ਪੜ੍ਹਾਇਆ ਉਹ ਸਕੂਲ ਦੇ ਨਾਲੋਂ ਟੀਚਰ ਦੀ ਜ਼ਿਆਦਾ ਕਰਨਗੇ ਜਦੋਂ ਵੀ ਕਿਸੇ ਅੱਛੀ ਪੋਸਟ 'ਤੇ ਬੈਠ ਗਏ ਉਹ ਅਗਰ ਬਾਈ ਉਹਨਾਂ ਦੇ ਸਾਹਮਣੇ ਟੀਚਰ ਚਲਾ ਗਿਆ ਤਾਂ ਉਹ ਕੁਰਸੀ 'ਤੇ ਉੱਠ ਕੇ ਉਸ ਟੀਚਰ ਨੂੰ ਸਲਾਮ ਕਰਨਗੇ ਥੈਂਕ ਯੂ ਸਰ
ਮੇਰਾ ਨਾਮ ਬਬਲੀ ਸ਼ਰਮਾ ਹੈ ਮੈਂ ਸੈਂਟ ਕਲੱਬ ਪਬਲਿਕ ਸਕੂਲ ਵਿੱਚ ਪੜ੍ਹਦੀ ਹਾਂ ਇੱਥੇ ਬਹੁਪੱਖੀ ਵਿਕਾਸ ਵਾਸਤੇ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਜਿਵੇਂ ਸੱਭਿਆਚਾਰੀ ਵਿਕਾਸ ਗੇਮਸ ਸਪੋਰਟਸ ਬਹੁਤ ਸਾਰੇ ਖੇਲ ਵੀ ਖਿਲਾਏ ਜਾਂਦੇ ਹਨ ਇਸ ਵਿੱਚ ਬੱਚੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਚੰਗੇ ਪੁਜੀਸ਼ਨ ਹਾਸਲ ਕਰਦੇ ਹਨ ਮੇਰਾ ਨਾਮ ਸ਼ਿਵਿਕਾ ਹੈ ਮੈਂ ਸੈਂਟ ਗੁਲਾਬ ਪਬਲਿਕ ਸਕੂਲ ਵਿੱਚ 10th ਕਲਾਸ ਵਿੱਚ ਪੜ੍ਹਦੀ ਹਾਂ ਮੈਨੂੰ ਮੇਰੇ ਸਕੂਲ 'ਤੇ ਮਾਣ ਹੈ ਕਿਉਂਕਿ ਇੱਥੇ ਪੜ੍ਹਾਈ ਅਤੇ ਖੇਡਾਂ ਦੇ ਨਾਲ ਨਾਲ ਹੋਰ ਫੰਕਸ਼ਨ ਕਰਵਾਏ ਜਾਂਦੇ ਹਨ ਜਿਵੇਂ ਟੀਚਰ ਡੇ ਚਿਲਡਰਨ ਡੇ ਦੀਵਾਲੀ ਲੋਹੜੀ ਸੁਤੰਤਰਤਾ ਦਿਵਸ ਆਦਿ ਚੰਗੀ ਤਰ੍ਹਾਂ ਮਨਾਏ ਜਾਂਦੇ ਹਨ ਇੱਥੇ ਬੱਚਿਆਂ ਨੂੰ ਸੱਭਿਆਚਾਰਕ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹਨਾਂ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ ਮੇਰਾ ਨਾਮ ਆਯੂਸ਼ ਕੁਮਾਰ ਹੈ ਮੈਂ ਸੈਂਟ ਗੁਲਾਬ ਪਬਲਿਕ ਸਕੂਲ ਮੈਂ ਪੜ੍ਹਤਾ ਹੂੰ ਮੈਂ ਦੂਸਰੀ ਕਲਾਸ ਕਾ ਵਿਦਿਆਰਥੀ ਹੂੰ ਇਸਮੇ ਸਾਰੇ ਅਧਿਆਪਕ ਬਹੁਤ ਅੱਛਾ ਪੜ੍ਹਾਤੇ ਹੈ ਇਸਮੇ ਖੇਲ ਕਾ ਮੈਦਾਨ ਵੀ ਹੈ ਜਿਸਮੇ ਹਮ ਖੇਲਤੇ ਹੈ ਯੇ ਬਹੁਤ ਸਾਫ ਸੁਥਰਾ ਹੈ ਮੇਰਾ ਨਾਮ ਵਿਸ਼ਾਲ ਕੁਮਾਰ ਹੈ ਮੈਂ ਸੈਂਟ ਗੁਲਾਬ ਪਬਲਿਕ ਸਕੂਲ ਵਿੱਚ ਪੜ੍ਹਦਾ ਹਾਂ ਇਸ ਵਿੱਚ ਬੀ ਕਮਰੇ ਹਨ ਯੇ ਬਹੁਤ ਸਾਫ ਸੁਥਰਾ ਹੈ ਮੇਰਾ ਨਾਮ ਹਰਲੀਨ ਕੌਰ ਹੈ ਮੈਂ ਸੈਂਟ ਗੁਲਾਬ ਪਬਲਿਕ ਸਕੂਲ ਤੁਹਾੜਾ ਵਿੱਚ ਪੜ੍ਹਦੀ ਹਾਂ ਮੈਂ ਦੂਜੀ ਜਮਾਤ ਦੀ ਵਿਦਿਆਰਥੀ ਹਾਂ ਇਸ ਵਿੱਚ ਕੰਪਿਊਟਰ ਲੈਬ ਹੈ ਜਿੱਥੇ ਸਾਨੂੰ ਕੰਪਿਊਟਰ ਸਿਖਾਇਆ ਜਾਂਦਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੈਂਟ ਗੁਲਾਬ ਪਬਲਿਕ ਸਕੂਲ ਦੀ ਟੀਚਰ ਹਾਂ ਅਤੇ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਸਕੂਲ ਜਿਹੜਾ ਬਹੁਤ ਵਧੀਆ ਹੈ ਇੱਥੋਂ ਦਾ ਸਟਾਫ ਪ੍ਰਿੰਸੀਪਲ ਮੈਮ ਸਰ ਬਹੁਤ ਕੋਆਪਰੇਟ ਕਰਦੇ ਨੇ ਬੱਚਿਆਂ ਨਾਲ ਵੀ ਅਤੇ ਬੱਚੇ ਵੀ ਟੀਚਰਾਂ ਨਾਲ ਬਹੁਤ ਕੋਆਪਰੇਟ ਕਰਦੇ ਨੇ ਸਭ ਤੋਂ ਵਧੀਆ ਸਕੂਲ ਦੀ ਗੱਲ ਇਹੀ ਹੈ ਕਿ ਹਰ ਇੱਕ ਮਹੀਨੇ ਸੰਗਰਾਂਦ ਦੇ ਦਿਹਾੜੇ 'ਤੇ ਪਾਠ ਕੀਤਾ ਜਾਂਦਾ ਤਾਂ ਕਿ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਵੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਈ ਸੈਲਫ ਹਰਮਨਦੀਪ ਕੌਰ ਮੈਂ ਸੈਂਟ ਗੁਲਾਬ ਪਬਲਿਕ ਸਕੂਲ ਦੇ ਵਿੱਚ ਨਰਸਰੀ ਕਲਾਸ ਨੂੰ ਟੀਚ ਕਰ ਰਹੀ ਹਾਂ ਔਰ ਇੱਥੋਂ ਦਾ ਸਟਾਫ ਮੈਂਬਰ ਪ੍ਰਿੰਸੀਪਲ ਮੈਮ ਸਭ ਬਹੁਤ ਅੱਛੇ ਨੇ ਸਾਰੇ ਸਟਾਫ ਮੈਂਬਰ ਇੱਕ ਦੂਸਰੇ ਨਾਲ ਬਹੁਤ ਕੋਆਪਰੇਟ ਕਰਦੇ ਨੇ ਔਰ ਪ੍ਰਿੰਸੀਪਲ ਮੈਮ ਵੀ ਸਾਰੇ ਸਟਾਫ ਨਾਲ ਪੂਰਾ ਕੋਆਪਰੇਟ ਕਰਦੇ ਨੇ ਥੈਂਕ ਯੂ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਿਤਪਾਲ ਕੌਰ ਹੈ ਮੈਂ ਸੈਂਟ ਗੁਲਾਬ ਪਬਲਿਕ ਸਕੂਲ ਦੇ ਵਿੱਚ ਫਸਟ ਕਲਾਸ ਨੂੰ ਟੀਚ ਕਰਦੀ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਲਾਸ ਦੇ ਵਿੱਚ ਸਾਰੇ ਬੱਚੇ ਇੱਕ ਬਰਾਬਰ ਤਾਂ ਨਹੀਂ ਹੁੰਦੇ ਕਈ ਸਲੋ ਲਰਨਰ ਹੁੰਦੇ ਨੇ ਅਤੇ ਕਈ ਹਾਈ ਲਰਨਰ ਸਾਡਾ ਮਤਲਬ ਇਹ ਨਹੀਂ ਕਿ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਹੀ ਪੜ੍ਹਾਉਣਾ ਸਾਡਾ ਮਕਸਦ ਇਹ ਹੈ ਕਿ ਜਿਹੜੇ ਸਲੋ ਲਰਨਰ ਨੇ ਉਹਨਾਂ ਨੂੰ ਵੀ ਦੂਸਰੇ ਬੱਚਿਆਂ ਦੇ ਬਰਾਬਰ ਲੈ ਕੇ ਆਉਣਾ ਹੈ ਅਤੇ ਅਸੀਂ ਉਹਨਾਂ ਬੱਚਿਆਂ ਨੂੰ ਹਰ ਛੋਟੀ ਛੋਟੀ ਗੱਲ 'ਤੇ ਸ਼ਾਬਾਸ਼ੀ ਦਿੰਦੇ ਹਾਂ ਤਾਂ ਕਿ ਉਹ ਵੀ ਬੱਚੇ ਦੂਜੇ ਬੱਚਿਆਂ ਵਾਂਗੂ ਅੱਗੇ ਵੱਧ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ ਧੰਨਵਾਦ ਹੈਲੋ ਮਾਈ ਸੈਲਫ ਰਿਤੂ ਸ਼ਰਮਾ ਆਈ ਐਮ ਟੀਚਿੰਗ ਇਨ ਸੈਂਟ ਗੁਲਾਬ ਪਬਲਿਕ ਸਕੂਲ ਕੁਹਾੜਾ ਇਟਸ ਪ੍ਰਾਊਡ ਬਿਕੋਜ਼ ਇਟਸ ਮਾਈ ਫਸਟ ਐਕਸਪੀਰੀਅੰਸ ਪ੍ਰਿੰਸੀਪਲ ਮੈਮ ਆਲ ਸਟਾਫਸ ਆਰ ਵੈਰੀ ਨਾਈਸ ਦੈਟਸ ਇਟ ਥੈਂਕ ਯੂ ਹੈਲੋ ਮਾਈ ਸੈਲਫ ਅਮਨਦੀਪ ਕੌਰ ਆਈ ਹੈਵ ਡਨ ਐਮ ਸੀ ਏ ਫਰੋਮ ਪੀ ਯੂ ਆਲ ਆਰ ਸਟਾਫ ਮੈਂਬਰਸ ਆਰ ਵੈਰੀ ਨਾਈਸ ਐਂਡ ਕੋਆਪਰੇਟਿਵ ਥੈਂਕ ਯੂ Thank you.
ਮਾਈਸੈਲਫ ਸ਼ਿਵਿੰਦਰ ਕੌਰ, ਮੈਂ ਸੈਂਟ ਗੁਲਾਬ ਪਬਲਿਕ ਸਕੂਲ ਕੋਹਾੜਾ 'ਚ 12 ਸਾਲ ਤੋਂ ਐਜ਼ ਏ ਪ੍ਰਿੰਸੀਪਲ ਕੰਮ ਕਰ ਰਹੀ ਹਾਂ। ਸਾਡੇ ਸਕੂਲ ਦਾ ਜੋ ਸਟਾਫ ਹੈ ਉਹ ਐਜ਼ ਏ ਫੈਮਲੀ ਜਿਹੜਾ ਇੱਥੇ ਵਰਕ ਕਰ ਰਿਹਾ। ਸਾਡੇ ਸਕੂਲ ਦਾ ਮੋਟਿਵ ਬੱਚਿਆਂ ਦਾ ਭਵਿੱਖ ਜਿਹੜਾ ਬਣਾਉਣਾ ਹੈ, ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਟੀਚਰਸ ਦੇ ਹੱਥ ਵਿੱਚ ਹੁੰਦਾ। ਟੀਚਰਸ ਜਿਹੜੇ ਨੇ ਸਾਡੇ ਬਹੁਤ ਹੀ ਜਿਹੜੇ ਬੱਚਿਆਂ ਨੂੰ ਐਕਸਟਰਾ ਟਾਈਮ ਦੇ ਕੇ ਉਹਨਾਂ ਦਾ ਜਿਹੜਾ ਫਿਊਚਰ ਬਣਾ ਰਹੇ ਨੇ। ਸਕੂਲ ਕਦੋਂ ਸਥਾਪਿਤ ਕੀਤਾ ਗਿਆ ਸੀ? ਸਕੂਲ 2006 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਦੀ ਸਥਾਪਨਾ ਮਾਨਯੋਗ ਸ਼੍ਰੀ ਸਰਦਾਰ ਗੁਰਦੀਪ ਸਿੰਘ ਜੀ ਵੱਲੋਂ ਕੀਤੀ। ਮੈਡਮ, ਇੱਥੇ ਬੱਚਿਆਂ ਦੇ ਬਹੁਪੱਖੀ ਵਿਕਾਸ ਵਾਸਤੇ ਕਿਹੜੀ ਕਿਹੜੀ ਐਕਟੀਵਿਟੀਜ਼ ਜਾਂ ਕੀ ਫੈਸਿਲਿਟੀਜ਼ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹੋ? ਬੱਚਿਆਂ ਦੇ ਬਹੁਪੱਖੀ ਵਿਕਾਸ ਦੇ ਲਈ ਸੱਭਿਆਚਾਰਕ ਮੇਲੇ ਕਰਵਾਏ ਜਾਂਦੇ ਨੇ। ਰਿਪਬਲਿਕ ਡੇ, ਸੁਤੰਤਰਤਾ ਦਿਵਸ, ਗਣਤੰਤਰਤਾ ਦਿਵਸ, ਇਨਵਾਇਰਮੈਂਟ ਡੇ ਜਿਹੜੇ ਨੇ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਅਲੱਗ ਅਲੱਗ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਨੇ। ਬੱਚੇ ਜਿਹੜੀ ਆਪਣੀ ਪਰਫੋਰਮੈਂਸ ਦੇ ਕੇ ਵਧੀਆ ਤੋਂ ਵਧੀਆ ਜਿਹੜੀ ਹੈ ਉਹ ਦਿਨ ਨੂੰ ਵਧੀਆ ਬਣਾਉਂਦੇ ਨੇ। ਸਾਡੇ ਸਕੂਲ ਨੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਸਾਡੇ ਪਲੱਸ ਟੂ ਔਰ ਟੈਂਥ ਦੇ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਉਹ 100% ਆਉਂਦਾ ਔਰ ਉਹਨਾਂ ਬੱਚਿਆਂ ਨੂੰ ਸਕੋਲਰਸ਼ਿਪ ਮਿਲਦਾ। ਸਪੋਰਟਸ ਦੇ ਵਿੱਚ ਸਾਡੇ ਸਕੂਲ ਦੇ ਵੱਲੋਂ ਜਿਹੜੇ ਕਬੱਡੀ ਦੇ ਵਿੱਚ ਜਿਹੜੇ ਬੱਚੇ ਜਾ ਰਹੇ ਨੇ ਔਰ ਕੁਸ਼ਤੀ ਦੇ ਵਿੱਚ ਜਾ ਰਹੇ ਨੇ ਉਹਨਾਂ ਵੱਲੋਂ ਜਿਹੜੇ ਇਨਾਮ ਵੀ ਹਾਸਲ ਕੀਤੇ ਗਏ ਹਨ। ਜਿਹੜੇ ਨੀਡੀ ਸਟੂਡੈਂਟਸ ਨੇ ਉਹਨਾਂ ਦੀ ਜਿਹੜੀ ਫੀਸ ਹੈ ਉਹ ਮਾਫ਼ ਕੀਤੀ ਜਾਂਦੀ ਸਕੂਲ ਵੱਲੋਂ। ਉਹਨਾਂ ਨੂੰ ਜਿਹੜੀਆਂ ਬੁੱਕਸ ਨੇ ਉਹਨਾਂ ਨੂੰ ਫ੍ਰੀ ਦਿੱਤੀਆਂ ਜਾਂਦੀਆਂ ਨੇ ਔਰ ਜੋ ਵੀ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਹੁੰਦੀ ਹੈ ਹਰ ਕਿਸਮ ਦੀ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਜਿਹੜਾ ਵਿਕਾਸ ਹੈ ਹੋ ਸਕੇ। ਇਹਦੇ ਨਾਲ ਨਾਲ ਮੈਡਮ, ਬੱਚਿਆਂ ਦੀ ਪਰਸਨੈਲਿਟੀ ਡਿਵੈਲਪਮੈਂਟ ਵਾਸਤੇ ਕੀ ਤੁਸੀਂ ਕਰ ਰਹੇ ਹੋ? ਬੱਚਿਆਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਲਈ ਬੱਚਿਆਂ ਦੀਆਂ ਜਿਹੜੀਆਂ ਨੇ ਕਲਾਸਿਸ, ਅਲੱਗ ਅਲੱਗ ਕਲਾਸਿਸ ਲਗਾਈਆਂ ਜਾਂਦੀਆਂ ਨੇ। ਬੱਚਿਆਂ ਨੂੰ ਮਿਊਜ਼ਿਕ ਕਲਾਸ, ਕਰਾਟੇ ਕਲਾਸ ਔਰ ਜਿਹੜੀਆਂ ਡਿਫਰੈਂਟ ਐਕਟੀਵਿਟੀਜ਼, ਕੋ ਕਰੀਕੁਲਰ ਐਕਟੀਵਿਟੀਜ਼, ਇਨਵਾਇਰਮੈਂਟ ਦੇ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ ਤਾਂ ਕਿ ਬੱਚਿਆਂ ਨੂੰ ਐਗਰੀਕਲਚਰ ਬਾਰੇ ਪਤਾ ਲੱਗ ਸਕੇ। ਸਾਡੇ ਸਕੂਲ ਦੇ ਵਿੱਚ ਜਿਹੜਾ ਟਿਊਸ਼ਨ ਦੇ ਤੌਰ 'ਤੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਮਨ੍ਹਾ ਕੀਤਾ ਜਾਂਦਾ, ਬੱਚਿਆਂ ਨੂੰ ਸਕੂਲ ਦੇ ਵਿੱਚ ਹੀ ਟੀਚਰ ਦੁਆਰਾ ਐਕਸਟਰਾ ਟਾਈਮ ਦੇ ਕੇ ਜਿਹੜੇ ਬੱਚੇ ਵੀਕ ਹੁੰਦੇ ਨੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਤਾਂ ਕਿ ਉਹਨਾਂ ਨੂੰ ਟਿਊਸ਼ਨ ਦੀ ਲੋੜ ਨਾ ਪਏ ਅਤੇ ਨਾ ਹੀ ਉਹਨਾਂ ਨੂੰ ਐਕਸਟਰਾ ਪੈਸੇ ਜਿਹੜੇ ਖਰਚਣੇ ਪੈਣ। ਸਕੂਲ ਦੇ ਵਿੱਚ ਹੀ ਬਹੁਤ ਅੱਛੇ ਢੰਗ ਨਾਲ ਕੰਮ ਕਰਵਾਇਆ ਜਾਂਦਾ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਕੋਸ਼ਿਸ਼ ਹੋਏਗੀ? ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੈ ਕਿ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਵਧੀਆ ਬਣੇ। ਬੱਚਿਆਂ ਦੀ ਜਿਹੜੀ ਆਲਰਾਊਂਡ ਜਿਹੜੀ ਡਿਵੈਲਪਮੈਂਟ ਸਕੂਲ ਦੇ ਦੁਆਰਾ ਹੀ ਕੀਤੀ ਜਾਏ ਕਿਉਂਕਿ ਬੱਚਾ ਜ਼ਿਆਦਾ ਟਾਈਮ ਸਕੂਲ ਦੇ ਵਿੱਚ ਹੀ ਰਹਿੰਦਾ। ਮੈਡਮ, ਜਨਵਰੀ 'ਚ ਜਿਵੇਂ ਤੁਸੀਂ ਦੱਸ ਰਹੇ ਸੀ ਐਡਮਿਸ਼ਨ ਓਪਨ ਹੋ ਗਈਆਂ ਨੇ, ਕਿੰਨੀ ਤੋਂ ਕਿੰਨੀ ਤੱਕ ਐਡਮਿਸ਼ਨਸ ਤੁਹਾਡੇ ਕੋਲ ਓਪਨ? ਨਿਊ ਸੈਸ਼ਨ ਜਿਹੜਾ 2018-19 ਦੇ ਜਿਹੜੇ ਐਡਮਿਸ਼ਨਸ ਨੇ ਜਨਵਰੀ ਦੇ ਵਿੱਚ ਸਟਾਰਟ ਨੇ ਔਰ ਜਿਹੜੀ ਉਹ ਐਡਮਿਸ਼ਨਸ ਨੇ ਫੈਬ ਤੱਕ ਚੱਲਣਗੀਆਂ। ਸਕੂਲ ਦੇ ਵਿੱਚ ਜਿਹੜੀ 1 ਜਨਵਰੀ ਤੋਂ ਜਿਹੜੀਆਂ ਕਲਾਸਿਸ ਸਟਾਰਟ ਨੇ ਔਰ ਜਿਨ੍ਹਾਂ ਨੇ ਕਲਾਸਿਸ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੈ, ਸਕੂਲ ਦੇ ਵਿੱਚ ਪ੍ਰੋਸਪੈਕਟਸ ਅਵੇਲੇਬਲ ਨੇ ਔਰ ਉਹ ਪ੍ਰੋਸਪੈਕਟਸ ਲੈ ਕੇ ਸਕੂਲ ਦੇ ਵਿੱਚ ਜਿਹੜੀਆਂ ਨੇ ਐਡਮਿਸ਼ਨ ਕਰਵਾ ਸਕਦੇ ਨੇ ਤਾਂ ਕਿ ਜਿਹੜੀਆਂ ਉਹਨਾਂ ਨੂੰ ਸੀਟਾਂ ਜਿਹੜੀਆਂ ਨੇ ਫਿੱਲ ਹੋ ਜਾਣ, ਉਸ ਤੋਂ ਪਹਿਲੇ ਬੱਚੇ ਜਿਹੜੇ ਐਡਮਿਸ਼ਨ ਕਰਵਾ ਲੈਣ। ਮਾਈਸੈਲਫ ਰੀਨਾ, ਸਟੈਂਡਰਡ 10th। ਆਈ ਵਾਂਟ ਟੂ ਡਿਸਕਸ ਫਿਊ ਲਾਈਨ ਅਬਾਊਟ ਸਟੱਡੀ। ਸਟੱਡੀ ਇਜ਼ ਏ ਮੇਨ ਪਾਰਟ ਆਫ ਏ ਗੁੱਡ ਸਿਟੀਜ਼ਨ। ਸਟੱਡੀ ਗਿਵ ਅਸ ਏ ਗੁੱਡ ਮੈਨਰ, ਗੁੱਡ ਬਿਹੇਵੀਅਰ, ਗੁੱਡਨੈਸ ਆਫ ਹਿਊਮਨ ਇਨ ਸਟੱਡੀ। ਦੇਅਰ ਆਰ ਮੇਨ ਰੋਲ ਆਫ ਅਵਰ ਟੀਚਰਸ ਹੂ ਟੀਚ ਅਸ ਅਬਾਊਟ ਗੁੱਡਨੈਸ। ਥੈਂਕ ਯੂ। ਮੇਰਾ ਨਾਮ ਗਗਨਜੀਤ ਸਿੰਘ ਹੈ, ਮੈਂ ਸੈਂਟ ਗੁਲਾਬ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ। ਸਾਡੇ ਸਕੂਲ ਦੇ ਪ੍ਰਿੰਸੀਪਲ ਮੈਮ ਅਤੇ ਅਧਿਆਪਕ ਸਾਹਿਬਾਨ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਪੜ੍ਹਾਉਂਦੇ ਹਨ ਅਤੇ ਹਰੇਕ ਵਿਸ਼ੇ ਬਾਰੇ ਜਾਣੂ ਕਰਵਾਉਂਦੇ ਹਨ। ਇਸ ਦੇ ਨਾਲ ਨਾਲ ਸਾਡੇ ਸਕੂਲ ਵਿੱਚ ਕਈ ਤਰ੍ਹਾਂ ਦੀਆਂ ਸਿੱਖਿਆ ਸਹੂਲਤਾਂ ਵੀ ਪ੍ਰਦਾਨ ਹਨ, ਜਿਵੇਂ ਕਿ ਕੰਪਿਊਟਰ ਸਿੱਖਿਆ, ਸਾਇੰਸ ਸਿੱਖਿਆ, ਅਤੇ ਸਾਡੇ ਸਕੂਲ ਵਿੱਚ ਕਲਾ ਦੇ ਮੁਕਾਬਲੇ ਹੁੰਦੇ ਹਨ, ਜਿਵੇਂ ਕਿ ਚਿੱਤਰਕਲਾ, ਭਾਸ਼ਣ ਕਲਾ ਅਤੇ ਸੰਗੀਤ। ਮੈਨੂੰ ਆਪਣੇ ਸਕੂਲ 'ਤੇ ਮਾਣ ਹੈ ਕਿ ਸਾਨੂੰ ਇੰਨੀਆਂ ਸਿੱਖਿਆ ਸਹੂਲਤਾਵਾਂ ਪ੍ਰਦਾਨ ਹਨ। ਧੰਨਵਾਦ।